ਸੋ ਦੋਸਤੋ, ਜਿਸ ਤਰ੍ਹਾਂ ਕੋਈ ਵੀ ਇਨਸਾਨ ਹੈ, ਕਹਿੰਦੇ ਸ਼ੌਂਕ ਦਾ ਕਿਸੇ ਦਾ ਕੋਈ ਮੁੱਲ ਨਹੀਂ ਹੁੰਦਾ। ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ, ਕਿਸੇ ਨੂੰ ਕਬੱਡੀ ਖੇਡਣ ਦਾ ਸ਼ੌਂਕ, ਕਿਸੇ ਨੂੰ ਭਲਵਾਨੀ ਦਾ ਸ਼ੌਂਕ, ਕਿਸੇ ਨੂੰ ਲਿਖਣ ਦਾ ਸ਼ੌਂਕ ਅਤੇ ਕਿਸੇ ਨੂੰ ਗਾਉਣ ਦਾ ਸ਼ੌਂਕ, ਵੱਖੋ ਵੱਖਰੇ ਸ਼ੌਂਕ ਨੇ ਇਸ ਦੁਨੀਆ 'ਤੇ ਹਰ ਇੱਕ ਇਨਸਾਨ ਦੇ। ਸੋ ਅੱਜ ਅਸੀਂ ਜਿਸ ਇਨਸਾਨ ਨੂੰ ਤੁਹਾਡੇ ਨਾਲ ਮਿਲਵਾ ਰਹੇ ਹਾਂ, ਤਾਂ ਉਹਨਾਂ ਦਾ ਵੀ ਸ਼ੌਂਕ ਹੈ ਜਿਹੜਾ, ਉਹ ਸਾਰਿਆਂ ਤੋਂ ਵੱਖਰਾ ਹੀ ਹੈ। ਕਿਉਂਕਿ ਸਾਡੀਆਂ ਵਿਰਾਸਤੀ ਚੀਜ਼ਾਂ, ਪੁਰਾਣੀਆਂ ਚੀਜ਼ਾਂ ਨੇ, ਉਹ ਚਾਹੇ ਚਾਂਦੀ ਦੇ ਸਿੱਕੇ, ਮੇਰੇ ਖਿਆਲ ਸਦੀਆਂ ਪੁਰਾਣੇ, ਜਾਂ ਗ੍ਰੋਮੋਫੋਨ, ਅਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ। ਉਹ ਹਨ ਸਰਦਾਰ ਹਰਵਿੰਦਰ ਸਿੰਘ ਜੀ, ਰਾਏਕੋਟੀ, ਪਰ ਅੱਜ ਕੱਲ੍ਹ ਗੁੱਜਰਵਾਲ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਰਹਿੰਦੇ ਨੇ। ਆਓ ਫਿਰ ਅੱਜ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਉਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਬਹੁਤ ਵਧੀਆ ਜੀ। ਸੋ ਸਾਨੂੰ ਪਤਾ ਲੱਗਿਆ ਜੀ, ਤੁਹਾਡੇ ਕੋਲ ਜੋ ਸਾਡੇ ਪੁਰਾਣੇ ਸਿੱਕੇ ਆ, ਕਾਫੀ ਪੁਰਾਣੇ ਸਿੱਕੇ ਆ, ਜਾਂ ਹੋਰ ਸਾਡੀਆਂ ਵਿਰਾਸਤੀ ਚੀਜ਼ਾਂ ਜਿਹੜੀਆਂ ਤੁਸੀਂ ਸੰਭਾਲੀਆਂ ਹੋਈਆਂ ਨੇ ਆਪਣੇ ਕੋਲ, ਸੋ ਕਿੰਨੇ ਕਿੰਨੇ ਕੁ ਪੁਰਾਣੇ ਤੁਹਾਡੇ ਕੋਲ ਸਿੱਕੇ ਰੱਖੇ ਆ? ਮੇਰੇ ਕੋਲ ਜੀ ਸਿੱਕੇ ਬਹੁਤ ਪੁਰਾਣੇ ਆ ਜੀ, 1306 ਸਨ ਦਾ ਸਿੱਕਾ ਵੀ ਹੈ ਜੀ ਸਾਡੇ ਕੋਲ, ਬਹੁਤ ਪੁਰਾਣਾ ਸਿੱਕਾ ਜੀ। ਹੋਰ ਗੁਰੂ ਦੇਵੀ ਦੇਵਤਿਆਂ ਦੇ ਸਿੱਕੇ ਆ, ਗੁਰੂ ਰਵਿਦਾਸ ਦੀਆਂ ਦਮੜੀਆਂ ਜੀ ਸਾਡੇ ਕੋਲ ਬਹੁਤ ਪੁਰਾਣੀਆਂ ਜੀ, ਬਹੁਤ ਪੁਰਾਣੇ ਸਿੱਕੇ ਆ, ਬਹੁਤ ਜ਼ਿਆਦਾ ਸਿੱਕੇ ਆ ਸਾਡੇ ਕੋਲ ਜੀ, ਬਹੁਤ ਸੰਭਾਲ ਕੇ ਰੱਖੇ ਹੋਏ ਜੀ। ਜੀ, ਅੱਛਾ, ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹਨਾਂ ਨੂੰ ਇਕੱਠੇ ਕਰਦਿਆਂ ਨੂੰ ਜੀ? ਮੈਨੂੰ ਜੀ ਹੋ ਗਏ ਹੁਣ ਜੀ 40-50 ਸਾਲ ਹੋ ਗਏ ਜੀ। ਜੀ ਹਾਂਜੀ, ਇਕੱਠੇ ਕਰਦੇ ਜੀ। ਅਤੇ ਇਹ ਸ਼ੌਂਕ ਤੁਹਾਨੂੰ ਕਿਸ ਤਰ੍ਹਾਂ ਪਿਆ ਇਹਦਾ? ਮੈਨੂੰ ਬਚਪਨ ਤੋਂ ਹੀ ਪਿਆ ਜੀ, ਮੈਂ ਇੱਕ ਸਿੱਕਾ ਦੇਖਿਆ ਸੀ, ਮੈਨੂੰ ਬਹੁਤ ਸੋਹਣਾ ਲੱਗਿਆ ਜੀ ਉਦੋਂ, ਫਿਰ ਮੈਨੂੰ ਹੌਲੀ ਹੌਲੀ ਮੈਂ ਇਕੱਠੇ ਕਰਨ ਲੱਗ ਗਿਆ ਜੀ। ਕਿਤੋਂ ਵੀ ਮੈਨੂੰ ਮਿਲਦੇ ਸੀ ਮੈਂ ਸਿੱਕੇ ਲੈ ਲੈਂਦਾ ਜੀ, ਕਈ ਸਿੱਕੇ ਮੈਂ ਮੁੱਲ ਵੀ ਖਰੀਦ ਲੈਂਦਾ ਸੀ ਜੀ। ਬਸ ਜੀ, ਬਹੁਤ ਬਾਈ ਇਸ ਤਰ੍ਹਾਂ ਸ਼ੌਂਕ ਵੱਧਦਾ ਗਿਆ ਵੱਧਦਾ ਗਿਆ, ਫਿਰ ਮੈਨੂੰ ਹੋਰ ਚੀਜ਼ਾਂ ਦੇ ਸ਼ੌਂਕ ਪੈ ਗਏ, ਫਿਰ ਮੈਂ ਉਹ ਵੀ ਪੁਰਾਣੀਆਂ ਚੀਜ਼ਾਂ ਵੀ ਇਕੱਠੀਆਂ ਕਰਨ ਲੱਗ ਗਏ। ਕਿਹੜੀਆਂ ਕਿਹੜੀਆਂ ਜੀ? ਹੋਰ ਮੇਰੇ ਕੋਲ ਜੀ, ਹੋਰ ਕਿਵੇਂ ਐਨਕਾਂ, ਕਿ ਗਾਂਧੀ ਐਨਕਾਂ ਜੀ, ਇੱਥੇ ਜੰਗਲ ਫਿਲਮ ਬਣਦੀ ਸੀ,
ਉਹ ਉਹਨਾਂ ਦੇ ਬੰਦੇ ਸਮਾਨ ਇਕੱਠਾ ਕਰਦੇ ਫਿਰਦੇ ਸੀ ਵੀ ਉਹਨਾਂ ਨੂੰ ਮੈਂ ਦਿਖਾਈਆਂ ਐਨਕਾਂ, ਉਹ ਕਹਿੰਦੇ ਵੀ ਮੈਨੂੰ ਦੇ ਦੇ। ਪਹਿਲਾਂ ਮੈਨੂੰ ਕਹਿੰਦੇ 5,000 ਲੈ ਲਾ, ਮੈਂ ਕਿਹਾ ਨਹੀਂ ਜੀ ਮੈਂ ਸਿੱਕਾ ਵੇਚਣੀਆਂ ਨਹੀਂ ਐਨਕਾਂ। ਫਿਰ ਉਹ ਕਹਿੰਦੇ ਤੂੰ 10,000 ਲੈ ਲਾ, ਮੈਂ ਦਿੱਤੀਆਂ ਨਹੀਂ ਜੀ ਉਹਨਾਂ ਨੂੰ ਸੈਂਕ ਉਹ ਐਨਕਾਂ ਜੀ। ਕੀ ਖਾਸੀਅਤ ਕੀ ਹੈ ਉਹਨਾਂ ਐਨਕਾਂ ਦੀ? ਬਸ ਜੀ ਉਹ ਗਾਂਧੀ ਐਨਕਾਂ ਪੁਰਾਣੀ ਟਾਈਪ ਹੈਗੀਆਂ, ਉਹ ਉਸ ਟਾਈਮ ਦੀਆਂ ਗਾਂਧੀ ਮੌਕੇ ਦੀਆਂ ਜੀ, ਬਹੁਤ ਉਸ ਤਰ੍ਹਾਂ ਦੀਆਂ ਐਨਕਾਂ ਜੀ। ਹਾਂ ਜੀ, ਅਤੇ ਇਹਦੇ ਵਾਸਤੇ ਜਿਹੜੀਆਂ ਚੀਜ਼ਾਂ ਤੁਸੀਂ ਇਕੱਠੀਆਂ ਕੀਤੀਆਂ ਨੇ ਇਹ ਤੁਹਾਨੂੰ ਇੱਦਾਂ ਹੀ ਮਿਲ ਜਾਂਦੀਆਂ ਨੇ ਕਿ ਇਹਦੇ ਵਾਸਤੇ ਪੈਸੇ ਵੀ ਇਕੱਠੇ ਲਾਉਣੇ ਪੈਂਦੇ ਤੁਹਾਨੂੰ ਵੀ? ਨਹੀਂ ਜੀ, ਕਈ ਵਾਰੀ ਤਾਂ ਪੈਸੇ ਵੀ ਲਾਉਣੇ ਪੈ ਜਾਂਦੇ ਆ, ਕਈ ਵਾਰੀ ਕੋਈ ਦਿੰਦਾ ਨਹੀਂ, ਫਿਰ ਉਹਨੂੰ ਕਹਿੰਦਾ ਤੂੰ ਪੈਸੇ ਲੈ ਲਾ ਜਾ ਮੈਨੂੰ ਤੋਂ, ਫਿਰ ਉਹ ਕਹਿੰਦਾ ਜੀ ਨਹੀਂ ਜਾ ਮੈਂ ਦੇਣੇ, ਫਿਰ ਮੈਂ ਲੈ ਲੈਂਦਾ ਜੀ ਜਬਰਦਸਤ। ਕਈ ਮੈਨੂੰ ਊਂ ਲੋਕ ਮੈਨੂੰ ਦੇ ਦਿੰਦੇ ਜੀ ਕਿ ਮੈਂ ਸਿੱਕੇ ਪੁਰਾਣੇ ਦੇ ਤੇ, ਕੋਈ ਹੋਰ ਚੀਜ਼ਾਂ ਪੁਰਾਣੀਆਂ ਦੇ ਦਿੱਤੀਆਂ, ਲਾ ਵੀ ਤੂੰ ਸਾਂਭ ਕੇ ਰੱਖੇਗਾ ਜੀ। ਹਾਂਜੀ, ਇਸ ਤਰ੍ਹਾਂ ਵੀ ਲੋਕ ਮੈਨੂੰ ਦੇ ਦਿੰਦੇ ਜੀ। ਅੱਛਾ, ਕੀ ਤੁਹਾਨੂੰ ਕੀ ਫਾਇਦਾ ਇਹਨਾਂ ਦਾ? ਚਲੋ ਸ਼ੌਂਕ ਗੱਲ ਵੱਖਰੀ ਹੈ, ਵੀ ਸ਼ੌਂਕ ਦੇ ਨਾਲ ਨਾਲ ਇੱਕ ਇਹ ਵੀ ਹੁੰਦਾ ਵੀ ਇਹਦਾ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੱਡਾ ਫਾਇਦਾ ਆਉਣਾ ਜੀ। ਅਸੀਂ ਆਇਆਂ ਜੀ, ਅਸੀਂ ਵੀ ਸਾਡਾ ਵੀ ਕਿਤੇ ਦੁਨੀਆਂ 'ਤੇ ਨਾ ਉਹ ਸਾਨੂੰ ਵੀ ਯਾਦ ਕਰਨਗੇ ਜੀ, ਵੀ ਲੋਕ ਵੀ ਕਹਿਣਗੇ ਵੀ ਫਲਾਣੇ ਬੰਦੇ ਕੋਲ ਸਿੱਕੇ ਆ ਜੀ ਹਰਮਿੰਦਰ ਸਿੰਘ ਕੋਲ। ਹਾਂਜੀ, ਵੀ ਇਸ ਤਰ੍ਹਾਂ ਸ਼ੌਂਕ ਵੱਧਦਾ ਗਿਆ ਵੀ ਕਿਵੇਂ ਟੀ ਵੀ 'ਤੇ ਦੇਖਦੇ ਸੀ, ਕਬੱਡੀ ਵਾਲਿਆਂ ਦੇ ਨਾਂ ਦੇਖਦੇ ਸੁਣਦੇ ਸੀ, ਕਿਵੇਂ ਕੋਈ ਹੋਰ ਚੀਜ਼ਾਂ ਦੇ ਨਾਂ ਕਲਾਕਾਰਾਂ ਦੇ ਨਾਂ ਸੁਣਦੇ ਸੀ ਵੀ ਸਾਡਾ ਵੀ ਨਾਂ ਹੋਵੇ ਜੀ। ਹਾਂਜੀ, ਸ਼ੌਂਕ ਸੀ ਜੀ ਮੈਨੂੰ ਵੀ ਹਰਵਿੰਦਰ ਰਾਏਕੋਟੀ ਦਾ ਨਾਮ ਵੀ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜਿਹੜਾ ਲੋਕਾਂ ਦੇ ਆਉਣਾ ਚਾਹੀਦਾ। ਹਾਂਜੀ ਜੀ ਜੀ ਜੀ। ਅੱਛਾ, ਕੰਮ ਕਾਰ ਕੀ ਕਰਦੇ ਹੋ ਤੁਸੀਂ? ਮੈਂ ਜੀ ਅੱਜ ਕੱਲ੍ਹ ਡਰਾਈ ਕਲੀਨ ਦਾ ਕੰਮ ਕਰ ਰਿਹਾ ਜੀ। ਜੀ, ਪਿੰਡ ਗੁੱਜਰ ਵਾਲੀ ਚੀਜ਼ ਦੁਕਾਨ ਆ ਜੀ ਮੇਰੀ ਜੀ। ਹਾਂਜੀ, ਬਹੁਤ ਪੁਰਾਣੀ ਦੁਕਾਨ। ਅੱਛਾ, ਬੰਦੇ ਨੂੰ ਕੋਈ ਵੀ ਕੰਮ ਕਰਨਾ ਹੈ ਜਦੋਂ ਇਸ ਖੇਤਰ ਦੇ ਵਿੱਚ, ਖਾਸ ਕਰਕੇ ਜਿਹੜਾ ਕੋਈ ਦੁਕਾਨਦਾਰ ਬੰਦਾ ਹੈ, ਕਿਉਂਕਿ ਦੁਕਾਨਦਾਰੀ ਵੀ ਇਹ ਇੱਕ ਦਿਹਾੜੀ ਕਿਸਮ ਦਾ ਹੀ ਕੰਮ ਆ ਜਾਂਦਾ, ਕੋਈ ਆਪਦਾ ਉਹ ਵੱਡਾ ਬਿਜ਼ਨਸ ਤਾਂ ਆਪਾਂ ਕਹਿ ਨਹੀਂ ਸਕਦੇ, ਤੇ ਇਹਦੇ ਵਾਸਤੇ ਫਿਰ ਤੁਹਾਨੂੰ ਘਰੋਂ ਨਹੀਂ ਰੋਕਦੇ ਸੀ ਵੀ ਤੁਸੀਂ ਵਾਧੂ ਖਰਚ ਕਰੀ ਜਾਂਦੇ ਵੀ? ਘਰੋਂ ਰੋਕਦੇ ਆ ਜੀ, ਕਹਿੰਦੇ ਆ ਲਿਓ ਵੇਚ ਦਿੰਦੇ ਆ, ਮੁੰਡਿਆਂ ਦੇ ਵਿਆਹ ਕਰ ਲਾਂਗੇ ਵੀ ਐਂ ਕਰ ਲਾਂਗੇ, ਐਵੇਂ ਤੁਸੀਂ ਪੈਸੇ ਘਾਠ ਮਾਰੀ ਜਾਂਦੇ ਆ ਵੀ ਇੰਨੇ ਰੁਪਈਏ ਇਕੱਠੇ ਵਗੈਰੇ ਪਏ ਆ ਹੁਣ, ਵੀ ਕਹਿੰਦੇ ਐਂ ਬੋਲਦੇ ਆ ਫਿਰ ਘਰ ਦੇ, ਫਿਰ ਕਹਿੰਦੇ ਨਹੀਂ ਵੀ ਫਿਰ ਕਹਿੰਦੇ ਮੇਰਾ ਸ਼ੌਂਕ ਆ ਮੈਨੂੰ ਕਰਨ ਦਿਉ। ਕਿੰਨੇ ਕੁ ਪੈਸੇ ਹੋਣਗੇ ਜਿਹੜੇ ਤੁਸੀਂ ਇਹਨਾਂ 'ਚ ਦਮੜੀਆਂ ਦੇ ਹਿਸਾਬ ਨਾਲ, ਤੁਸੀਂ ਜਿਵੇਂ ਸਦੀਆਂ ਪੁਰਾਣੇ ਜਿਹੜੇ ਪੈਸੇ ਸਿੱਕੇ ਨੇ ਇਕੱਠੇ ਕੀਤੇ ਆ ਉਹਨਾਂ ਦੇ ਹਿਸਾਬ ਨਾਲ ਕਿੰਨੀ ਕੀਮਤ ਹੋਈ ਇਹਨਾਂ ਦੀ? ਇਹ ਜੀ ਮੈਨੂੰ ਇੱਕ ਬੰਦਾ ਕਹਿ ਰਿਹਾ ਸੀ ਵੀ ਤੂੰ ਮੈਨੂੰ ਸਾਰੇ ਸਿੱਕੇ ਦੇ ਦੇ, ਮੈਨੂੰ 4,00,000 ਰੁਪਏ ਦੇ ਰਿਹਾ ਸੀ, ਮੈਂ ਉਹਨੂੰ ਊਂ ਹੀ ਕਹਿਤਾ ਮੈਂ ਚੱਲ ਤੂੰ ਮੈਨੂੰ 5,00,000 ਦੇ ਦੇ, ਅਤੇ ਉਹ ਦੇਣ ਨੂੰ ਵੀ ਤਿਆਰ ਹੋ ਗਿਆ ਸੀ, ਫਿਰ ਮੈਂ ਮੇਰਾ ਮਨ ਡੋਲ ਗਿਆ, ਮੈਂ ਕਿਹਾ ਨਹੀਂ ਵੀ ਮੈਂ ਵੇਚਣ, ਮੇਰਾ ਸ਼ੌਂਕ ਆ। ਵਾਹ ਜੀ ਵਾਹ, ਕਿਉਂਕਿ ਤੁਸੀਂ ਤਾਂ ਇਹਨਾਂ ਨੂੰ ਜਾਣ ਤੋਂ ਵੱਧ ਜਿਵੇਂ ਤੁਸੀਂ ਦਿਖਾਇਆ ਸਾਰੇ ਐਨ ਚੰਗੀ ਤਰ੍ਹਾਂ, ਜਿਵੇਂ ਇੱਕ ਸੁਨਿਆਰ ਆਪਣੀ ਜਿਹੜੀ ਟੂਮ ਨੂੰ ਸਾਂਭਦਾ ਉਸ ਤਰ੍ਹਾਂ ਤੁਸੀਂ ਪੈਕ ਕਰਕੇ ਰੱਖੇ ਹੋਏ ਆ ਜੀ, ਕਿਉਂਕਿ ਤੁਹਾਡਾ ਤਾਂ ਅਸੀਂ ਕਹਿ ਸਕਦੇ ਹਾਂ ਵੀ ਜਿਗਰ ਦਾ ਟੁਕੜਾ ਨਹੀਂ ਜੀ। ਹਾਂਜੀ ਹਾਂਜੀ। ਅੱਛਾ, ਫਿਰ ਇਹਨਾਂ ਦਾ ਤੁਸੀਂ ਅੱਗੇ ਜਾ ਕੇ ਤੁਹਾਡਾ ਕੋਈ ਹੈ ਜਿਵੇਂ ਕਿਤੇ ਮੇਲੇ ਦੇ ਉੱਤੇ ਨਮਾਇਸ਼ ਵਗੈਰਾ ਲਾਉਂਦੇ ਆ ਜਾਂ ਕੋਈ ਇੱਦਾਂ ਦਾ ਕੁਛ? ਨਹੀਂ, ਇੱਥਾਂ ਇੱਦਾਂ ਨਹੀਂ ਜੀ ਕੋਈ ਲਾਈ, ਹੁਣ ਇੱਥੇ ਸ਼ੌਂਕ ਹੈਗਾ ਜੀ ਵੀ ਮੈਂ ਨਮਾਇਸ਼ ਲਾਵਾਂ ਮੇਲੇ ਦੇ, ਵੀ ਲੋਕਾਂ ਨੂੰ ਪਤਾ ਲੱਗੂ, ਹੁਣ ਘਰੇ ਪੈ ਜਾਂਦਾ ਤਾਂ ਪਤਾ ਨਹੀਂ ਲੱਗਣਾ ਕਿਸੇ ਨੂੰ। ਹਾਂਜੀ, ਘਰੇ ਪੈ ਜਾਂਦਾ ਫਿਰ ਹੁਣ ਨਮਾਇਸ਼ ਦੇਖਣਗੇ, ਫਿਰ ਸਾਨੂੰ ਆਇਆ ਕਰੂ ਵੀ ਸਾਡੇ ਪਿੰਡ ਲਾਓ, ਗੁਰਦੁਆਰੇ ਲਾਓ, ਐਤੀ ਸਾਡੀ ਪੂਰੀ ਮਿਥੀ ਹੈ ਵੀ ਲਾਉਣਾ ਵਾ, ਨਮਾਇਸ਼ ਲਾਉਣੀ ਹੈ ਜੀ। ਪਿੰਡ ਗੁਜਰਾਲ ਦੇ ਮੇਲੇ 'ਤੇ ਲਾਉਣੀ ਹੈ ਜੀ? ਹਾਂ ਜੀ, ਗੁਜਰਾਲ ਦੇ ਮੇਲੇ 'ਤੇ ਸ਼ੁਰੂ ਕਰਾਂਗੇ ਜੀ, ਅਤੇ 6ਵੇਂ ਪਾਤਸ਼ਾਹ ਦਾ ਗੁਰਦੁਆਰਾ ਜੀ ਬਹੁਤ ਮੇਲਾ ਲੱਗਦਾ ਵਾ ਜੀ, ਵੀ ਉੱਥੇ ਇਹਦੀ ਨਮਾਇਸ਼ ਲਾਉਣੀ ਹੈ ਜੀ। ਅੱਛਾ, ਤੁਸੀਂ ਕੰਮ ਛੱਡ ਕੇ ਜਦੋਂ ਕਿਤੇ ਵੀ ਜਾਣਾ ਹੁੰਦਾ, ਜਦੋਂ ਤੁਹਾਨੂੰ ਪਤਾ ਲੱਗਦਾ ਵੀ ਫਲਾਣੇ ਕੋਲ ਇਹ ਚੀਜ਼ ਹੈ, ਅਤੇ ਫਿਰ ਉੱਥੇ ਤੁਸੀਂ ਪਹੁੰਚਦੇ ਕਿਵੇਂ ਹੋ ਜਾਂ ਉਹਨੂੰ ਮਨਾਉਣੇ ਕਿਵੇਂ ਹੋ? ਬਸ ਸਾਨੂੰ ਕੋਈ ਪਤਾ ਲੱਗਦਾ ਫਿਰ ਐਂ ਚਲੇ ਜਾਈਦਾ, ਫਿਰ ਉਹਨੂੰ ਉਹਦੇ ਮਗਰ ਫਿਰੀ ਜਾਈਦਾ ਵੀ ਕਿਤੇ ਮਿਲੇ ਸਾਨੂੰ, ਫਿਰ ਕੋਈ ਮਿਲ ਜਾਂਦਾ ਫਿਰ ਉਹਨੂੰ ਕਹਿੰਦਾ, ਪਹਿਲਾਂ ਤਾਂ ਨਾ ਨੁੱਕਰ ਜੀ ਕਰਦਾ, ਫਿਰ ਕਹਿੰਦਾ ਚੱਲ ਮੈਂ ਤੈਨੂੰ ਦੇ ਦੂੰ, ਕਈ ਵਾਰੀ ਤਾਂ ਪੈਸੇ ਵੀ ਲੈ ਲੈਂਦੇ ਆ, ਕਈ ਵਾਰੀ ਤਾਂ ਊਂ ਹੀ ਦੇ ਦਿੰਦੇ, ਚੱਲ ਵੀ ਤੇਰਾ ਸਾਂਭਗਾ ਤੂੰ ਸਾਂਭ ਕੇ ਰੱਖ। ਹਾਂਜੀ ਹਾਂਜੀ, ਫਿਰ ਕਈ ਘਰੇ ਆਉਂਦੇ ਆ ਕੋਈ ਦੇਖਣ ਬਾਅਦ, ਮੈਂ ਦਿਖਾ ਦਿੰਦਾ ਉਹਨਾਂ ਨੂੰ, ਫਿਰ ਉਹ ਗਾਹਾਂ ਗੱਲ ਕਰ ਲੈਂਦੇ ਆ ਵੀ ਉਹਨੂੰ ਦੇ ਯਾਰ ਉਹਨੂੰ ਸ਼ੌਂਕ ਆ ਉਹਨੂੰ ਸਿੱਕੇ, ਕੋਈ ਵੀ ਮੈਨੂੰ ਪੁਰਾਣੀ ਚੀਜ਼ ਮਿਲਦੀ ਹੈ ਮੈਂ ਲੈ ਲੈਂਦਾ ਵਾਂ ਜੀ।
ਵਾਹ ਜੀ ਵਾਹ। ਅਤੇ ਇਹਨਾਂ ਦੇ ਵਿੱਚੋਂ ਕੁਝ ਕੁ ਉਹ ਜਿਨ੍ਹਾਂ ਦੀ ਵਿਸ਼ੇਸ਼ ਖਾਸੀਅਤ ਹੋਵੇ, ਕੋਈ ਇੱਦਾਂ ਦੇ ਸਿੱਕੇ ਜਾਂ ਤੁਹਾਡੇ ਕੋਲ ਪੁਰਾਣੇ ਨੋਟ? ਹਾਂਜੀ, ਪੁਰਾਣੇ ਨੋਟ ਜਿਵੇਂ ਬਹੁਤ ਬਾਹਰਲੇ ਡਾਲਰ ਮਿਲ ਜਾਂਦੇ ਆ, ਉਹ ਵੀ ਪੁਰਾਣੇ ਪਏ ਆ ਮੇਰੇ ਕੋਲ, ਤੁਹਾਨੂੰ ਦਿਖਾਇਆ। ਹਾਂਜੀ, ਅਤੇ ਹੋਰ ਨੋਟ ਕਿਵੇਂ ਆਪਣੇ ਇੱਧਰਲੇ ਹੁੰਦੇ ਆ, ਹਾਂਜੀ, ਕਿਵੇਂ ਆਪਣੇ 1000 ਦਾ ਬੰਦ ਹੋਇਆ ਸੀ ਉਹ ਵੀ ਸਾਂਭੀ ਬੈਠੇ ਹਾਂ ਅਸੀਂ, ਜੀ ਕਿਵੇਂ 500 ਦਾ ਸੀ ਉਹ ਵੀ ਸਾਂਭੀ ਬੈਠਾ, ਕੋਈ ਨਵੇਂ ਨੋਟ ਆਉਂਦੇ ਉਹ ਵੀ ਸਾਂਭ ਲੈਣੇ, ਉਹਦੀ ਹਾਂਜੀ ਆਪਾਂ ਦੀ ਫਾਈਲ ਚ ਲਾ ਲੈਣੇ ਆ ਜੀ, ਬੜਾ ਵੀ ਬਾਅਦ 'ਚ ਨਾ ਮਿਲਣ ਜੀ। ਅਤੇ ਉਹ ਮੇਰੇ ਕੋਲ ਪੁਰਾਣੇ ਸਿੱਕੇ ਆ, ਦਮੜੀਆਂ ਕਿਵੇਂ ਗੁਰੂ ਰਵਿਦਾਸ ਮੌਕੇ ਦੀਆਂ, ਹਾਂਜੀ, ਉਦੋਂ ਚੱਲਦੀਆਂ ਹੁੰਦੀਆਂ ਸੀ, ਹਾਂਜੀ, ਉਹ ਮੇਰੇ ਕੋਲ ਪੁਰਾਣੀਆਂ ਪਈਆਂ। ਗੁਰੂ ਨਾਨਕ ਦੇਵ ਜੀ ਵਾਲੇ, ਦੇਵੀ ਦੇਵਤਿਆਂ ਵਾਲੇ ਸਿੱਕੇ ਆ ਜੀ ਮੇਰੇ ਕੋਲ, ਬਹੁਤ ਸਾਰੇ ਤਰ੍ਹਾਂ ਦੇ ਸਿੱਕੇ ਆ ਜੀ ਮੇਰੇ ਕੋਲ ਜੀ। ਗੁਰੂ ਰਵਿਦਾਸ ਜੀ ਮਹਾਰਾਜ ਵੇਲੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਵੇਲੇ ਉਦੋਂ ਵੀ ਹੈਗੇ ਤੁਹਾਡੇ ਕੋਲ? ਹਾਂਜੀ ਹਾਂਜੀ, ਉਹ ਵੀ ਹੈਗੇ ਜੀ, ਰਾਮ ਚੰਦਰ ਉਹਨਾਂ ਮੌਕੇ ਦੇ ਵੀ ਆ ਜੀ, ਜੀ ਉਹ ਵੀ ਸਿੱਕੇ ਮੇਰੇ ਕੋਲ ਪਏ ਜੀ। ਜੀ ਵਾਹ ਜੀ ਵਾਹ। ਸੋ ਜਿਸ ਤਰ੍ਹਾਂ ਤੁਸੀਂ ਗੁਰੂ ਰਵਿਦਾਸ ਮਹਾਰਾਜ ਦੇ ਵੇਲੇ ਦੇ ਜਿਹੜੇ ਦਮੜੀਆਂ ਦੀ ਗੱਲ ਕੀਤੀ ਹੈ, ਜਾਂ ਹੋਰ ਤੁਹਾਡੇ ਕੋਲ ਵਿਰਾਸਤੀ ਪੁਰਾਣੇ ਜਿਹੜੇ ਸਿੱਕੇ ਨੇ, ਉਹਨਾਂ ਦੇ ਤੁਸੀਂ ਦਿਖਾਓ ਉਹਨਾਂ ਨੂੰ ਸਾਡੇ ਦਰਸ਼ਕਾਂ ਨੂੰ। ਇਹ ਗੁਰੂ ਰਵਿਦਾਸ ਮੌਕੇ ਦੇ ਸਿੱਕੇ ਆ ਜੀ, ਜੀ ਦਮੜੀਆਂ ਜੀ, ਜੀ ਇਹ ਸਿੱਕੇ ਪੁਰਾਣੇ ਆ ਜੀ। ਹੋਰ ਮੇਰੇ ਕੋਲ ਜੀ ਆਹ ਸਿੱਕਾ ਜੀ ਰਾਮ ਚੰਦਰ ਉਹਨਾਂ ਮੌਕੇ ਦੇ ਆ ਜੀ, ਗੁਰੂ ਨਾਨਕ ਦੇਵ ਜੀ ਮੌਕੇ ਦੇ ਇਹ ਸਿੱਕੇ ਆ ਜੀ, ਇਹ ਗੁਰੂ ਨਾਨਕ ਦੇਵ ਜੀ ਮੌਕੇ ਦੇ ਸਿੱਕੇ ਆ ਜੀ, ਅਤੇ ਇਹ ਸਿੱਕਾ ਇੱਕ ਮੇਰੇ ਕੋਲ ਆ ਜੀ, ਇਹ ਮੱਕੇ ਮਦੀਨੇ ਦਾ ਜੀ, ਇਹਦੀ ਬਹੁਤ ਜਿਹੜੇ ਆਪਣੇ ਮੁਸਲਮਾਨ ਭਾਈਚਾਰਾ ਉਹ ਬਹੁਤ ਮੰਗ ਰਹੇ ਆ, ਪਰ ਮੈਂ ਦੇ ਨਹੀਂ ਰਿਹਾ ਉਹਨਾਂ ਨੂੰ ਸਿੱਕਾ ਮੱਕੇ ਮਦੀਨੇ, ਕਿਉਂ ਮੇਰੇ ਕੋਲ ਇੱਕੋ ਹੀ ਸਿੱਕਾ ਵਾ ਜੀ, ਬੜੀ ਰੱਖਿਆ ਵਾ ਸੰਭਾਲ ਕੇ, ਹਾਂਜੀ, ਬਈ ਲੋਕ ਦੇਖਣਗੇ ਕਿਵੇਂ 786 ਦੇ ਮੇਰੇ ਕੋਲ ਨੋਟ ਬਹੁਤ ਆ, ਬਹੁਤ ਭਾਈਚਾਰਾ ਮੁਸਲਮਾਨ ਮੰਗ ਰਹੇ ਆ ਵੀ ਸਾਨੂੰ ਦੇ ਦਿਓ, ਹਾਂਜੀ, ਪਰ ਮੈਂ ਦੇ ਨਹੀਂ ਰਿਹਾ ਵੀ ਮੇਰਾ ਸ਼ੌਂਕ ਆ ਜੀ। ਅਤੇ ਬਾਕੀ ਹੋਰ ਸਿੱਕੇ ਆ ਜੀ ਬਹੁਤ ਪੁਰਾਣੇ, ਇੱਕ ਮੇਰੇ ਕੋਲ ਸਿੱਕਾ ਜੀ 1306 ਸਾਲ ਦਾ ਸਿੱਕਾ ਜੀ, ਬਹੁਤ ਪੁਰਾਣਾ, ਦੇਖ ਲਓ ਜੀ ਕਿੰਨੀਆਂ ਸਦੀਆਂ ਹੋ ਗਈਆਂ ਹੋਣੀਆਂ ਉਹ ਸਿੱਕੇ ਨੂੰ ਮੇਰੇ ਕੋਲ ਪਏ ਨੂੰ। ਅਤੇ ਬਾਕੀ ਆ ਦਮੜੀਆਂ, ਮੈਂ ਇਹ ਛੋਟੀ ਦਮੜੀ ਆ ਜੀ, ਇਹ ਕਿਸੇ ਕੋਲ ਬਹੁਤ ਘੱਟ ਹੋ ਗਈ, ਕਿਵੇਂ ਜੀ ਇੱਕ ਹੈਗੀ ਆ ਇੱਕ ਸਿੱਕਾ ਆਪਣੇ ਕੁੱਕਿਆਂ ਦੀ ਭੈਣੀ ਦਾ ਬੰਦਾ ਜੀ, ਬੁੜਾ ਬਹੁਤ ਬਿਰਦਾ, ਉਹਦੇ ਕੋਲ ਮੈਂ ਜਾ ਕੇ ਆਇਆ, 2-3 ਗੇੜੇ ਮੈਂ ਲਾ ਵੀ ਚੁੱਕੇ ਉਹਦੇ ਬੰਦੇ ਨੇ, ਉਹ ਸਿੱਕੇ ਆ ਜੀ ਚਮੜੇ ਦੇ ਸਿੱਕੇ ਪਏ ਜੀ, ਉਹ ਚੀ ਉਹ ਮੈਨੂੰ ਕਹਿੰਦਾ, ਉਹਨਾਂ ਦੇ ਮੁੰਡੇ ਕਹਿੰਦੇ ਵੀ ਕਦੋਂ ਸਾਡਾ ਬੁੜਾ ਮਰ ਗਿਆ ਉਦੋਂ ਤੈਨੂੰ ਜ਼ਰੂਰ ਦੇਵਾਂਗੇ ਜੀ, ਵੀ ਸੰਭਾਲ ਕੇ ਰੱਖੇਗਾ ਤੂੰ, ਉਦੋਂ ਤੈਨੂੰ ਦੇ ਦਾਂਗੇ ਚਮੜੇ ਦੇ ਸਿੱਕੇ ਆ ਜੀ, ਲਿਆਉਣ ਵਾਲੇ ਸਿੱਕੇ ਆ ਜੀ, ਉਹ ਬਹੁਤ ਵਧੀਆ ਵਾ, ਪਰ ਮੈਂ 2-3 ਗੇੜੇ ਲਾ ਆਇਆ ਉਹਦੇ ਕੋਲ ਜੀ। ਅੱਛਾ, ਉਹ ਬੜਾ ਮਰਿਆ ਨਹੀਂ ਜੀ? ਨਹੀਂ ਜੀ, ਅਸੀਂ ਮੈਨੂੰ ਸੁਨੇਹਾ ਨਹੀਂ ਆਇਆ ਜੀ, ਕਹਿੰਦਾ ਲਾ ਗਿਆ ਆਪਾਂ ਉੱਧਰ ਹੀ ਜਾ ਵਾਲਾ, ਨਾਲੇ ਭੋਗ 'ਤੇ ਜਾ ਆਵਾਂਗੇ ਨਾਲੇ ਸਿੱਕੇ ਲੈ। ਹਾਂਜੀ ਹਾਂਜੀ, ਵੈਸੇ ਤੁਸੀਂ ਸੋਚਦੇ ਤਾਂ ਹੁਣੇ ਵੀ ਯਾਰ ਉਹ ਮੈਨੂੰ ਸਿੱਕਾ ਕਦੋਂ ਮਿਲੂਗਾ ਜੀ? ਹਾਂ, ਮਨ 'ਚ ਤਾਂ ਹੁੰਦਾ ਇਹ ਵੀ ਉਹ ਮੈਂ ਚਮੜੇ ਦਾ ਸਿੱਕਾ ਲਿਆਵਾਂ, ਵੀ ਕਿਸੇ ਕੋਲ ਹੈ ਹੀ ਨਹੀਂ, ਉਹ ਚਮੜੇ ਦੇ ਵਿੱਚ ਸਿੱਕੇ 'ਚ ਇੱਕ ਸੀ ਕਿੰਨੀ ਕਿਹਨੂੰ ਪਛਾਣ ਹੋਈ ਆ, ਉਹਦੇ 'ਚ ਇੱਕ ਸੋਨੇ ਦਾ ਕੋਕਾ ਲੱਗਿਆ ਹੁੰਦਾ ਸੀ ਬਰੀਕ ਜਿਹਾ, ਅਤੇ ਹੁਣ ਉਹ ਅਗਲਾ ਸੋਨੇ ਦਾ ਕੋਕਾ ਕੱਢ ਲੈਂਦਾ ਸੀ ਜਾਂ ਵੇਚ ਦਿੰਦਾ ਸੀ, ਹਾਂਜੀ, ਪਰ ਉਹ ਇਕੱਲੇ ਸਿੱਕੇ ਉਹਦੇ ਕੋਲ ਪਏ ਆ ਚਮੜੇ ਦੇ ਜੀ। ਅੱਛਾ, ਇੱਕ ਇਹ ਦੱਸੋ ਵੀ ਜਿਵੇਂ ਤੁਸੀਂ ਸਿੱਕਾ ਤੁਸੀਂ ਭਾਲ ਲਿਆ, ਹਾਂਜੀ, ਇਹ ਜਿਹੜੀ ਕਰੰਸੀ ਉਹ ਤਾਂ ਇਕੱਠੀ ਕਰ ਲਈ, ਇਹਦੇ ਉੱਤੇ ਵੱਖੋ ਵੱਖਰੀਆਂ ਭਾਸ਼ਾ ਹੁੰਦੀਆਂ ਨੇ, ਅਤੇ ਫਿਰ ਉਹ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇਹ ਕਿੱਥੋਂ ਦਾ ਕੀ ਹੈ ਕੀ ਗੱਲਬਾਤ ਹੈ? ਇੱਕ ਵਿੱਚ ਤਾਂ ਹੁੰਦਾ ਜੀ ਲੰਬੜਦਾਰ, ਮੈਂ ਉਹਨੂੰ ਜਾਣਦਾ ਹੁੰਦਾ ਸੀ ਉਹਦੇ ਕੋਲ, ਫਿਰ ਮੈਂ ਜਾ ਕੇ ਉਹਨੂੰ ਦਿਖਾਉਣਾ, ਉਹਨੇ ਪੜ੍ਹ ਕੇ ਦੱਸ ਦਿੰਦੇ, ਉਹ ਪੜ੍ਹ ਲੈਂਦਾ ਸੀ ਭਾਸ਼ਾ, 2-3 ਭਾਸ਼ਾ ਜਾਣਦਾ ਸੀ, ਉਹਨੇ ਫਿਰ ਮੈਨੂੰ ਪੜ੍ਹ ਕੇ ਮੇਰੀ ਪਰਚੀ ਬਣਾ ਕੇ ਇਸ ਤਰ੍ਹਾਂ ਦੀ ਦੇ ਦਿੰਦਾ ਹੁੰਦਾ ਸੀ, ਇਸ ਤਰ੍ਹਾਂ ਦੇ ਆ ਇਹਦੇ ਵਿੱਚ ਪਾਈ ਹੋਈ ਆ ਪਰਚੀ, ਫਿਰ ਐਂ ਮੈਨੂੰ ਲਿਖ ਕੇ ਉਹਨੇ ਦੇ ਦੇਣੀ ਵੀ ਆ, ਫਿਰ ਮੈਂ ਲਿਆ ਕੇ ਵਿੱਚ ਪਾ, ਉਹਨੀ ਫਿਰ ਉਹਦੇ ਸਾਹਮਣੇ ਕੱਢ ਦਿੰਦਾ ਹੁੰਦਾ ਜੀ ਵੀ ਇਹ ਇੰਨੇ ਸਾਹਮਣੇ ਬਣ ਗਈ ਆ, ਇੰਨਾ ਇੰਨੇ ਦਾ ਸੀ, ਇੰਨੇ ਸਾਲ ਸਿੱਕਾ ਪੁਰਾਣਾ ਹੋ ਗਿਆ ਜੀ, ਫਿਰ ਇਸ ਤਰ੍ਹਾਂ ਮੈਂ ਉਹ ਤੋਂ ਪੜ੍ਹਾ ਲੈਂਦਾ ਸੀ, ਨਾਲ ਪੂਰਾ ਸਹਿਯੋਗ ਦਿੰਦੇ ਆ ਤੁਹਾਨੂੰ? ਹਾਂਜੀ 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 ਜੀ। ਅਤੇ ਹੁਣ ਹੈਗੇ ਜੀ ਉਹ? ਨਹੀਂ ਜੀ, ਉਹ ਗੁਜ਼ਰ ਗਏ ਜੀ ਹੁਣ। ਅਤੇ ਫਿਰ ਜਦੋਂ ਹੁਣ ਮਿਲ ਜਾਂਦੇ ਨੇ ਸਿੱਕੇ, ਫਿਰ ਹੁਣ ਹੁਣ ਜੀ ਹੁਣ ਤਾਂ ਮਿਲ ਜਾਂਦਾ, ਫਿਰ ਓਮ ਹੀ ਪਾ ਦੇਈਦੇ ਆ ਜੀ ਹੁਣ,
ਕਈਆਂ ਦੇ ਸੰਨ ਦਾ ਨਹੀਂ ਪਤਾ ਲੱਗਦਾ, ਕਈ ਇਹੋ ਜਿਹੇ ਸਿੱਕੇ ਸੰਨ ਲੱਭਦਾ ਹੀ ਨਹੀਂ ਵੀ ਉਹਦਾ ਕੀ ਕਿੰਨੇ ਸੰਨ ਦਾ ਸਿੱਕਾ। ਚਲੋ ਸੰਨ ਤਾਂ ਲੱਭਣ ਵਾਲੀ ਇਹ ਜਿਹੜੀ ਗੱਲ ਹੈ ਉੱਤੇ ਹੋਊਗਾ, ਕਿਸੇ ਨਾ ਕਿਸੇ ਤੋਂ ਪੜ੍ਹਾ ਲਉਂਗੇ, ਪਰ ਉਹ ਬੰਦਾ ਭਾਲਣਾ ਹੀ ਬਹੁਤ ਔਖਾ ਜੀ। ਜਿਹਦੇ ਤੁਹਾਨੂੰ ਇਹ ਸੁਣੇ ਪਤਾ ਕਿਵੇਂ ਲੱਗਦਾ, ਜਿਵੇਂ ਤੁਸੀਂ ਭੈਣੀ ਵਾਲਿਆਂ ਦਾ ਪਤਾ ਕਰਿਆ ਵੀ ਤੁਹਾਨੂੰ ਪਤਾ ਲੱਗੂ ਉੱਥੇ ਇਹ ਹੈ, ਵੀ ਤੁਸੀਂ ਪਤਾ ਕਿਵੇਂ ਕਰਦੇ ਹੋ ਵੀ ਉਹਦੇ ਕੋਲ ਆਹ ਚੀਜ਼ ਪਈ ਆਈ? ਉਹ ਵੇਖਦਾ ਜੀ ਇੱਕ ਦੂਜੇ ਤੋਂ ਪਤਾ ਲੱਗੀ ਜਾਂਦਾ ਵਾ, ਕਿਵੇਂ ਇੱਕ ਆਪਣੇ ਮੰਡੀ ਅਹਿਮਦਗੜ੍ਹ ਦਾ ਉਹ ਵੀ ਸਿੱਕੇ ਕਰਦਾ ਇਕੱਠੇ, ਉਹਦੇ ਕੋਈ ਬਹੁਤ ਸਿੱਕੇ ਆ, ਇੱਕ ਜੋਧਾ ਦਾ ਬੰਦਾ ਜੀ ਉਹ ਵੀ ਸਿੱਕੇ ਉਵੇਂ ਕੋਈ ਕੱਲ੍ਹ ਪਰਸੋਂ ਆ ਕੇ ਗਏ ਆ ਵੀ ਉਹਨਾਂ ਕੋਲ ਸਿੱਕੇ, ਉਹਨਾਂ ਤੋਂ ਫਿਰ ਪਤਾ ਲੱਗ ਜਾਂਦਾ ਵੀ ਉੱਥੇ ਬੰਦਾ ਵਾ, ਵੀ ਉਹਦਾ ਬੰਦੇ ਦਾ ਪਤਾ ਕਰ ਲਈਦਾ ਹੌਲੀ ਹੌਲੀ ਪਹੁੰਚ ਜਾਈਦਾ ਵਾ। ਅੱਛਾ, ਜਿਹੜੇ ਹੁਣ ਪਹਿਲਾਂ ਉਹ ਸੀਗੇ ਆਪਾਂ ਕਹਿੰਦੇ ਤਵੇ, ਉਹ ਕੁੱਤੇ ਵਾਲੀ ਕੰਪਨੀ ਕਹਿੰਦੇ ਹੁੰਦੇ ਜਿਹੜੇ, ਉਹ ਵੀ ਤੁਸੀਂ ਕਾਫੀ ਖਜ਼ਾਨਾ ਸੰਭਾਲਿਆ ਹੋਇਆ ਜੀ, ਅਤੇ ਫਿਰ ਉਹ ਕਿੱਥੋਂ ਲਿਆਂਦਾ ਸੀ? ਬਸ ਐਂ ਭਾਲ ਲੈਂਦੇ ਜੀ, ਮੈਨੂੰ ਸ਼ੌਂਕ ਆ ਬਈ ਉਹ ਸ਼ੌਂਕ ਦੇ ਕਰਕੇ, ਮੈਂ ਕਿਹਾ ਮੇਰੇ ਪਸੰਦ ਆ ਗਈ ਜੀ ਵੀ ਲੈਣੀ ਆ ਵੀ ਲੈ ਲਈਦੀ। ਇੱਕ ਮੈਂ ਤੁਹਾਨੂੰ ਮਸ਼ੀਨ ਦਿਖਾਈ ਸੀ, ਇਹ ਮੈਂ 1500 ਦੀ ਮਸ਼ੀਨ ਲਈ ਸੀ ਵੀ, ਮੈਂ ਕਿਹਾ ਵੀ ਛੱਡਣੀ ਇਹਦੇ ਕੋਲ। ਉਹ ਮੁੰਡੇ ਨੇ ਮੈਨੂੰ ਘਰਦਿਆਂ ਚੋਰੀ ਦੇ ਦਿੱਤੀ, ਮੈਂ ਕਿਹਾ ਜਦ ਤੇਰੇ ਘਰਦੇ ਲੜਨਗੇ ਫਿਰ ਪਤਾ ਲੱਗ, ਕਹਿੰਦਾ ਨਹੀਂ ਤੂੰ ਲੈ ਲਾ, ਫਿਰ ਮੈਨੂੰ ਕਹਿੰਦਾ ਤੂੰ 1500 ਰੁਪਈਆ ਦੇ ਦੇ, ਮੈਂ ਕਿਹਾ ਚੰਗਾ ਤੂੰ ਲੈ ਲਈ, ਫਿਰ ਮੈਂ ਉਹ ਤੋਂ ਲੈ ਜਾਂਦੀ। ਫਿਰ ਤਵੇ ਆਈ, ਮੈਨੂੰ ਐਂ ਤਵੇ ਮਿਲ ਜਾਂਦੇ ਥੋੜ੍ਹੇ 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 ਥੋੜ੍ਹੇ। ਉਹ ਪਿੱਛੇ ਜੇ ਰੈਕੋਟ ਮੈਂ ਗਿਆ ਸੀ, ਉੱਥੋਂ ਮੈਨੂੰ ਕਿਸੇ ਨੇ ਦੱਸਿਆ ਸਾਡਾ ਰੇਸ 'ਤੇ, ਕਹਿੰਦਾ ਉਹਦੇ ਕੋਲ ਤਵੇ ਪਏ ਆ, ਮੈਂ ਫਿਰ ਉੱਥੋਂ ਜਾ ਕੇ ਤਵੇ ਲੈ ਆਇਆ, ਫਿਰ ਮੈਂ ਉੱਥੋਂ ਲੈ ਜਾਂਦੇ ਤਵੇ। ਅੱਛਾ, ਤਵੇ ਅਤੇ ਇਹ ਗ੍ਰਾਮਾਫੋਨ ਅਤੇ ਆਹ ਸਿੱਕੇ ਵਗੈਰਾ, ਇਹਨਾਂ ਤੋਂ ਇਲਾਵਾ ਫਿਰ ਹੋਰ ਕੀ ਕੁਛ ਇਕੱਤਰ ਕੀਤਾ? ਹੋਰ ਸਿੱਕੇ, ਹੋਰ ਚੀਜ਼ਾਂ ਬਹੁਤ ਆ ਜੀ ਮੇਰੇ ਕੋਲ, ਪਰ ਹੁਣ ਦੂਰ ਵੀ ਪਈਆਂ ਵਾਂ ਥੋੜ੍ਹੀਆਂ ਜਿਹੀਆਂ। ਕਿਵੇਂ ਇੱਕ ਆਪਣੇ ਕਿਵੇਂ ਖੋ, ਉਹਦੀ ਆਪਣੇ ਬੋਤੇ ਦੀਆਂ ਐਨਕਾਂ ਹੁੰਦੀਆਂ ਸੀ, ਉਹ ਮਿਲ ਨਹੀਂ ਰਹੀਆਂ ਹੁਣ ਕਿਤੇ, ਉਹ ਬੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਵਾਂ। ਉਹ ਛੋਟੀ ਛੋਟੀ ਟੇਬਲ ਕਾਟਾਂ ਵਾਂ, ਰੇਡੂਏ ਆ, ਮੈਨੂੰ ਬਾਹਰਲੇ ਰੇਡੂਏ ਦੇ ਦਿੰਦੇ ਛੋਟੇ ਛੋਟੇ, ਕੋਈ ਕੋਈ ਕਿਵੇਂ ਟੈਲੀਫੋਨ ਅੱਗੇ ਘੁੰਮਣ ਵਾਲੇ ਆਉਂਦੇ ਸੀ, ਉਹ ਨਹੀਂ ਹੁਣ ਮਿਲ ਰਹੇ, ਉਹ ਸਾਂਭ ਕੇ ਰੱਖਿਆ ਹੋਇਆ ਵਾ। ਅਤੇ ਹੋਰ ਕੋਈ ਵੀ ਕੋਈ ਲਾਟਨ ਕੋਈ ਲੰਪ ਮਿਲ ਜਾਂਦੇ ਆ ਵੀ ਉਹ ਵੀ ਰੱਖ ਲਈਦੇ ਆ। ਹੋਰ ਚੀਜ਼ਾਂ ਕਿਸੇ ਨੂੰ ਇੱਥੇ ਹੀ ਆਏ ਨਹੀਂ ਪਤਾ ਮੈਂ ਕੋਈ ਚੀਜ਼ ਪਈ ਆ, ਉਹ ਕਿਵੇਂ ਸਾਈਕਲ ਦੇ ਲਾਇਸੈਂਸ ਆ ਜੀ, ਉਹ ਵੀ ਹੁਣ ਦੁਕਾਨ ਦਾ, ਹੁਣ ਉਹ ਤਾਂ ਨੇੜੇ ਜੇ ਪਏ, ਉਹ ਵੀ ਆ। ਕਿਵੇਂ ਇੱਕ ਪੁਰਾਣਾ ਉਸਤਰਾ ਵਾ, ਉਹ ਗੁਜਰਾਲ 'ਚ ਹੀ ਬਣਦਾ ਸੀ, ਉਹ ਬਹੁਤ ਸਾਂਭ ਕੇ ਰੱਖਿਆ ਹੋਇਆ। ਉਹ ਕਈ ਵਾਰੀ ਨਾਈ ਕਹਿ ਦਿੰਦਾ ਜਾਣ ਦਾ ਦੇ ਦੇ, ਅਸੀਂ ਯਾਦਗਾਰੀ ਰੱਖ ਲਵਾਂਗੇ ਇਹੋ ਜਿਹਾ ਉਸਤਰਾ ਹੁੰਦਾ ਸੀ। ਇਸ ਤਰ੍ਹਾਂ ਚੀਜ਼ਾਂ ਕਿ ਵੀ ਅੱਗੇ ਕੁੜੀਆਂ ਰੋੜੇ ਖੇਡਦੀਆਂ ਹੁੰਦੀਆਂ ਸੀ, ਉਹ ਕਿਸੇ ਨੂੰ ਹੁਣ ਕੁੜੀਆਂ ਨੂੰ ਪਤਾ ਨਹੀਂ ਵੀ ਆਹ ਰੋੜੇ ਆ, ਉਹਨਾਂ ਨੂੰ ਪਤਾ ਨਹੀਂ, ਉਹ ਅੱਗੇ ਹੋਰ ਤਰ੍ਹਾਂ ਹੁੰਦੇ ਸੀ, ਬਣੇ ਸੋਹਣੇ ਡਿਜ਼ਾਇਨਦਾਰ ਬਣਾਏ ਹੁੰਦੇ ਸੀ। ਉਹ ਇਸ ਤਰ੍ਹਾਂ ਚੀਜ਼ਾਂ ਪੁਰਾਣੀਆਂ ਬਹੁਤ, ਹੁਣ ਤਾਂ ਉਹ ਰੋੜੇ ਬਦਲ ਗਏ ਨਾ ਜੀ। ਹਾਂਜੀ ਹਾਂ, ਬਦਲਦੇ ਬਦਲਦੇ ਹੁਣ ਤਾਂ ਪਬਜੀ 'ਤੇ ਆ ਕੇ ਖੜ ਗਿਆ। ਹਾਂਜੀ ਹਾਂਜੀ, ਹੁਣ ਤਾਂ ਕੁੜੀਆਂ ਇੱਟ ਕੁੱਟ ਕੇ ਬਣਾ ਲੈਂਦੀਆਂ, ਗੋਲ ਗੋਲ ਕਰ ਲੈਂਦੀਆਂ, ਹੁਣ ਤਾਂ ਖੇਡਦੇ ਨਹੀਂ। ਹਾਂ, ਰੋੜਿਆਂ ਦਾ ਟਾਈਮ ਹੀ ਲੱਗ ਗਿਆ, ਹੁਣ ਤਾਂ ਨਹੀਂ, ਇਹਦੇ ਪਿੰਡਾਂ 'ਚ ਹੈਗੇ ਜੀ, ਖੇਡਦੇ ਆ ਘੱਟ ਆ ਜੀ। ਹਾਂਜੀ ਹਾਂਜੀ, ਹਾਂ ਉਸ ਤਰ੍ਹਾਂ ਚੀਜ਼ਾਂ ਬਹੁਤ ਸਾਂਭ ਕੇ ਰੱਖੀਆਂ ਹੋਈਆਂ। ਕਿਵੇਂ ਭਮੀਰੀਆਂ, ਅੱਗੇ ਲੱਕੜ ਦੀ ਭਮੀਰੀ ਹੁੰਦੀ ਸੀ, ਉਹ ਸਾਂਭ ਕੇ ਰੱਖਿਆ ਹੋਇਆ, ਗੁੱਲੀ ਸਾਂਭ ਕੇ ਰੱਖੀ ਹੋਈਆਂ। ਕਿਵੇਂ ਅੱਗੇ ਨਾਤਾ ਹੁੰਦਾ ਸੀ, ਕਿਸੇ ਨੂੰ ਪਤਾ ਹੀ ਨਹੀਂ, ਉਹ ਵਿਆਹਾਂ 'ਚ ਕੰਮ ਆਉਂਦਾ ਸੀ, ਉਹ ਲੱਸੀ ਰਿੜਕਦੀਆਂ ਹੁੰਦੀਆਂ ਸੀ। ਹਾਂਜੀ ਹਾਂ, ਉਹ ਸਾਂਭ ਕੇ ਰੱਖੀ ਹੋਈਆਂ ਵਾ। ਇਹ ਤਾਂ ਛੰਨੇ ਕੌਲ, ਉਹ ਬਹੁਤ ਸਾਂਭ ਕੇ ਰੱਖੇ ਹੋਏ ਆ ਜੀ। ਸੋ ਬਹੁਤ ਬਹੁਤ ਧੰਨਵਾਦ ਜੀ, ਅਤੇ ਕੁਦਰਤੀ ਆਪਣਾ ਸਬੱਬ ਬਣਿਆ ਅਤੇ ਗੱਲ ਚੱਲੀ, ਅਤੇ ਅਸੀਂ ਸੋਚਿਆ ਵੀ ਚਲੋ ਅੱਜ ਫਿਰ ਤੁਹਾਡੇ ਨਾਲ ਵੀ ਗੱਲਬਾਤ ਕਰ ਲੈਣੇ ਆ। ਸੋ ਇੱਕ ਵਾਰੀ ਫਿਰ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਆਏ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਦੋਸਤੋ, ਅੱਜ ਅਰੰਗ ਪੰਜਾਬ ਦੀ ਟੀਮ, ਅਸੀਂ ਜਾਣੀ ਕਿ ਤਰਮਾ ਹਰਿਆਊ ਜੀ ਅਤੇ ਮੇਰੇ ਨਾਲ ਰਾਜੂ ਕਣਕਵਾਲ ਜੀ, ਹਰਵਿੰਦਰ ਰਾਏਕੋਟੀ ਜੋ ਕਿ ਅੱਜ ਕੱਲ੍ਹ ਗੁੱਜਰਵਾਲ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਜੋ ਵਿਰਾਸਤੀ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ, ਅਤੇ ਉਹਨਾਂ ਨੇ ਕੁਝ ਦਿਖਾਈਆਂ ਵੀ ਅਤੇ ਕੁਝ ਉਹਨਾਂ ਦੀਆਂ ਉਹਨਾਂ ਪਰਾਂ ਤਰੀਆਂ ਪਈਆਂ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਿਸੇ ਵੀ ਇਨਸਾਨ ਦਾ ਆਪਾਂ ਕਹਿ ਲਈਏ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਸੋ ਉਹ ਆਪਣੇ ਸ਼ੌਂਕ ਨੂੰ ਪੂਰੀ ਤਰ੍ਹਾਂ ਨਿਭਾ ਰਹੇ ਨੇ ਅਤੇ ਪੂਰਾ ਕਰ ਰਹੇ ਹੈ।
ਸੋ ਜਿਨ੍ਹਾਂ ਦੇ ਨਾਲ ਆਪਾਂ ਨੇ ਅੱਜ ਗੱਲਬਾਤ ਕੀਤੀ। ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਮਹਾਨ ਸ਼ਖਸ ਦੇ ਰੂਬਰੂ ਕਰਵਾਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।